ਕਈ ਬਦਮਾਸ਼ ਇੱਕ ਵਰਕਸ਼ਾਪ ਦੇ ਵਿੱਚ ਵੜ ਗਏ ਅਤੇ ਉੱਥੇ ਖੜੀਆਂ ਗੱਡੀਆਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਤੇ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਇਹ ਬਦਮਾਸ਼ ਦੁਕਾਨ ਦੇ ਅੰਦਰ ਜਾਂਦੇ ਨੇ ਤੇ ਜਦੋਂ ਦੁਕਾਨ ਤੋਂ ਬਾਹਰ ਆਉਂਦੇ ਨੇ ਤਾਂ ਇਹ ਬਾਹਰ ਖੜੀਆਂ ਗੱਡੀਆਂ ਦੀ ਹਥਿਆਰਾਂ ਦੇ ਨਾਲ ਭੰਨਤੋੜ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਦੁਕਾਨ ਦੇ ਅੰਦਰ ਵੜ ਕੇ ਵੀ ਦੁਕਾਨ ਦਾ ਕਾਫੀ ਨੁਕਸਾਨ ਕਰਦੇ ਨੇ। ਦਰਅਸਲ ਇਹ ਡੈਂਟਿੰਗ ਪੇਂਟਿੰਗ ਦੀ ਦੁਕਾਨ ਹੈ ਜਿੱਥੇ ਲੋਕਾਂ ਦੀਆਂ ਗੱਡੀਆਂ ਠੀਕ ਹੋਣ ਆਈਆਂ ਸਨ ਤੇ ਲੋਕਾਂ ਦੀਆਂ ਗੱਡੀਆਂ ਨੂੰ ਇਹਨਾਂ ਬਦਮਾਸ਼ਾਂ ਨੇ ਬੁਰੀ ਤਰ੍ਹਾਂ ਭੰਨਿਆ। ਇਸ ਤੋਂ ਇਲਾਵਾ ਦੁਕਾਨ ਦਾ ਵੀ ਕਾਫੀ ਨੁਕਸਾਨ ਕੀਤਾ। ਉੱਥੇ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਜਿਵੇਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਹੈ, ਇਹ ਬਦਮਾਸ਼ ਉਹਨਾਂ ਦਾ ਵੀ ਨੁਕਸਾਨ ਕਰ ਸਕਦੇ ਨੇ। ਪਰ ਗਨੀਮਤ ਇਹ ਰਹੀ ਕਿ ਉਸ ਵੇਲੇ ਉਹ ਦੁਕਾਨ ਦੇ ਵਿੱਚ ਮੌਜੂਦ ਨਹੀਂ ਸੀ, ਨਹੀਂ ਤਾਂ ਉਹਨਾਂ ਦੇ ਨਾਲ ਵੀ ਕੁੱਟਮਾਰ ਕਰ ਸਕਦੇ ਸੀ ਤੇ ਉਹਨਾਂ ਦਾ ਜਾਨੀ ਨੁਕਸਾਨ ਕਰ ਸਕਦੇ ਸੀ। ਹਾਲਾਂਕਿ ਵਰਕਸ਼ਾਪ ਦੇ ਮਾਲਕ ਦਾ ਕਹਿਣਾ ਹੈ ਕਿ ਉਸਦਾ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਗੁੰਡਾ ਅਨਸਰਾਂ ਵੱਲੋਂ ਕੀਤਾ ਗਿਆ ਤੇ ਇਹਨਾਂ ਗੁੰਡਾ ਅਨਸਰਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਹਾਲਾਂਕਿ ਇਹਨਾਂ ਬਦਮਾਸ਼ਾਂ ਨੇ ਇਹ ਗੱਡੀਆਂ ਇੱਥੇ ਆ ਕੇ ਕਿਉਂ ਭੰਨੀਆਂ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੇ ਦੁਕਾਨ ਮਾਲਕ ਦਾ ਵੀ ਕਹਿਣਾ ਹੈ ਕਿ ਉਸਦੀ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਹੈ, ਪਰ ਇਹ ਗੱਡੀਆਂ ਬਦਮਾਸ਼ਾਂ ਨੇ ਕਿਉਂ ਭੰਨੀਆਂ ਇਸ ਬਾਰੇ ਉਸਨੂੰ ਵੀ ਨਹੀਂ ਪਤਾ। ਇੱਥੋਂ ਤੱਕ ਉੱਥੇ ਮੌਜੂਦ ਲੋਕਾਂ ਨੂੰ ਵੀ ਨਹੀਂ ਪਤਾ ਕਿ ਇਹਨਾਂ ਬਦਮਾਸ਼ਾਂ ਨੇ ਇਹ ਕਾਰਾ ਕਿਉਂ ਕੀਤਾ। ਕੱਲ੍ਹ ਬੰਦੇ ਆਏ 5-7 ਆ ਜਾਣੇ ਸੀ ਅਤੇ ਦੁਕਾਨ 'ਤੇ ਆ ਕੇ ਤੋੜ ਭੰਨ ਚਾਲੂ ਕਰਤੀ ਆ ਅਤੇ ਮੈਨੂੰ ਇਸ ਚੀਜ਼ ਦਾ ਕੋਈ ਹੈਗਾ ਨਹੀਂ ਪਤਾ। ਮੈਂ ਬੜਾ ਪਾਸੇ ਅਤੇ ਗੱਡੀਆਂ ਦੀ ਤੋੜ ਭੰਨ ਵਾਵਾ ਨੁਕਸਾਨ ਬਹੁਤ ਜ਼ਿਆਦਾ ਕਰ ਗਿਆ। ਗੱਡੀਆਂ 4-5 ਗੱਡੀਆਂ ਦੀ ਕਰਤੀ ਹੈ ਜੀ, ਬਾਕੀ ਹੋਰ ਸਮਾਨ ਇਨਵੈਟਰ ਬੈਟਰੀ ਦੁਕਾਨ ਦੁਕਾਨ 'ਚ ਵਾਵਾ ਤੋੜ ਭੰਨ ਕੀਤੀ ਹੈ ਜੀ। ਨਹੀਂ, ਗੱਡੀਆਂ ਗਾਹਕਾਂ ਦੀਆਂ ਜੀ। ਮੰਗ ਇਹੋ ਕਰਦੇ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਵਾ ਇਹਦਾ ਹੱਲ ਹੋਵੇ, ਸਾਰਾ ਮਸਲਾ ਹੋਵੇ। ਬਾਕੀ ਸਾਨੂੰ ਆਪ ਨੂੰ ਵੀ ਡਰ ਆ, ਮਤਲਬ ਕਿ ਇੱਦਾਂ ਜਿੱਦਾਂ ਗੱਡੀਆਂ ਤੋੜ ਭੰਨਣ ਆਏ ਆ ਸਾਡਾ ਵੀ ਨੁਕਸਾਨ ਕਰ ਸਕਦੇ ਸੀ ਅਤੇ ਅਸੀਂ ਆਪ ਵਾਲਾ ਬੜਾ ਭੱਜ ਸੀ ਪਿਛਾਂ ਹੋਏ। ਫੋਟੋ ਸਾਹਮਣੇ ਹੈਗੇ ਕੈਮਰੇ 'ਚ ਜੀ, ਪੁਲਿਸ ਆਈ ਮੁੜ ਕੇ ਸੱਦੀ ਜੀ, ਉਹ ਵੇਖ ਕੇ ਗਏ ਮੌਕਾ ਸਾਰਾ ਅਤੇ ਆਪਾਂ ਨੂੰ ਇਹੋ ਹੀ ਆ ਵੀ ਆਪਣਾ ਇਨਸਾਫ ਹੋਵੇ। ਹਾਂਜੀ ਹਾਂਜੀ, ਕਰਾਤੀ ਹੈ ਜੀ। ਇਹ ਗੱਲਬਾਤ ਭਾਈ ਅਸੀਂ ਤਾਂ ਕੰਮ ਕਰਨ ਡੇ, ਮੇਰੇ ਨਾਲ ਹੀ ਦੁਕਾਨ ਹੈ ਜੀ, ਇਹ ਵੀਰ ਦੀਆਂ ਗੱਡੀਆਂ ਬੰਦੇ ਕੰਮ ਕਰਨ ਡੇ ਜੀ ਵਧੀਆ, ਅਤੇ 5-7 ਮੁੰਡੇ ਆਏ ਆ ਜੀ ਇਹ ਗੱਡੀਆਂ ਨੂੰ ਭੰਨਣ ਲੱਗ ਪਏ। ਸਾਨੂੰ ਤਾਂ ਪਤਾ ਹੀ ਨਹੀਂ ਵੀ ਗੱਲ ਕੀ ਆ, ਅਤੇ ਅੰਦਰੋਂ ਵੀ ਨੁਕਸਾਨ ਕੀਤਾ ਬਹੁਤ ਅਤੇ ਗੱਡੀਆਂ ਦਾ ਬਹੁਤ ਭੰਨ ਤੋੜ ਕੀਤੀ ਜੀ। ਫਿਰ ਮੁੜ ਕੇ ਅਸੀਂ ਪੁਲਿਸ ਸੱਦੀ ਹੈ, ਵੋਟ ਲਿਖਾਈ ਅਤੇ ਮੁੜ ਕੇ ਆ ਕੇ ਅਤੇ ਵੇਖ ਕੇ ਮੌਕਾ ਚੱਲ ਗਿਆ ਜੀ। ਗੱਡੀਆਂ ਗਾਹਕਾਂ ਦੀਆਂ ਜੀ ਸਾਰੀਆਂ ਜੀ, ਤਿਆਰ ਹੋਣ ਡੀਆਂ। ਹਾਂਜੀ, ਕੰਮ ਇਹ ਡੈਂਟ ਪੇਂਟ ਦੀ ਦੁਕਾਨ ਹੈ ਜੀ, ਗੱਡੀ ਦੀ ਬਹੁਤ ਨੁਕਸਾਨ ਹੋਇਆ ਜੀ, 4-5 ਗੱਡੀਆਂ ਭੰਨ ਹੀ ਗਏ ਪੂਰੀਆਂ ਜੀ ਟੋਟਲ। ਉਸ ਸਾਡੀ ਇਹ ਹੈ ਕਿ ਜਿਹੜਾ ਨੁਕਸਾਨ ਉਹ ਪੂਰਾ ਭਰਿਆ ਜਾਵੇ ਜੀ, ਸਾਡਾ ਹੱਕ ਸਾਨੂੰ ਮਿਲੇ ਜੀ, ਸਾਡੀ ਇਹੋ ਮੰਗ ਹੈ ਜੀ। ਇਸ ਸੰਬੰਧੀ CCTV ਫੁਟੇਜ ਤਾਂ ਜ਼ਰੂਰ ਵੇਖੀ ਹੈ, ਪਰ ਇਹ ਅਜੇ ਤੱਕ ਸਾਡੇ ਕੋਈ ਰਿਟਨ ਕੰਪਲੇਂਟ ਨਹੀਂ ਕਿਸੇ ਨੇ ਦਰਜ ਕਰਾਈ। ਜਦੋਂ ਕੋਈ ਕੰਪਲੇਂਟ ਦਰਜ ਕਰਾਏਗਾ ਕਾਨੂੰਨ ਮਤਲਬ ਕਾਰਵਾਈ ਕਰ ਦਿੱਤੀ ਜਾਵੇਗੀ। ਠੀਕ ਹੈ, ਇਹ ਗੱਲ ਜੇ ਮੌਕਾ ਵੇਖਿਆ ਗਿਆ ਤਾਂ ਕਾਰਵਾਈ ਵੀ ਹੋਊਗੀ, ਪਰ ਕੰਪਲੇਂਟ ਤਾਂ ਐਟਲੀਸਟ ਰਿਟਨ ਦੇ ਵਿੱਚ ਤਾਂ ਆਵੇ। ਇਸ ਸੰਬੰਧੀ CCTV ਫੁਟੇਜ ਤਾਂ ਜ਼ਰੂਰ ਵੇਖੀ ਹੈ, ਪਰ ਇਹ ਅਜੇ ਤੱਕ ਸਾਡੇ ਕੋਈ ਰਿਟਨ ਕੰਪਲੇਂਟ ਨਹੀਂ ਕਿਸੇ ਨੇ ਦਰਜ ਕਰਾਈ। ਜਦੋਂ ਕੋਈ ਕੰਪਲੇਂਟ ਦਰਜ ਕਰਾਏਗਾ ਕਾਨੂੰਨ ਮਤਲਬ ਕਾਰਵਾਈ ਕਰ ਦਿੱਤੀ ਜਾਵੇਗੀ। ਠੀਕ ਹੈ, ਇਹ ਗੱਲ ਜੇ ਮੌਕਾ ਵੇਖਿਆ ਗਿਆ ਤਾਂ ਕਾਰਵਾਈ ਵੀ ਹੋਊਗੀ, ਪਰ ਕੰਪਲੇਂਟ ਤਾਂ ਐਟਲੀਸਟ ਰਿਟਨ ਦੇ ਵਿੱਚ ਤਾਂ ਆਵੇ।